ਅਸਲਾਮੁਅਲੈਕੁਮ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੋਣਿਓ ਗੁੱਡ ਮਾਰਨਿੰਗ ਲੋ ਬਈ ਦੇਖ ਲਵੋ ਠੰਡੀ ਠੰਡੀ ਇੱਕ ਸੁਬਾ ਅੱਜ ਧੁੱਪ ਦੀ پیشن گوئی ਹੈਗੀ ਹੈ ਕਿ ਧੁੱਪ ਨਿਕਲੇਗੀ ਪਰ ਦੇਖੋ ਹੁਣ ਨਿਕਲਦੀ ਹੈ ਕਿ ਨਹੀਂ ਮੈਂ ਅਸੀਂ ਇੰਤਜ਼ਾਰ ਵਿੱਚ ਆ ਕਿ ਅਗਰ ਧੁੱਪ ਨਿਕਲਦੀ ਹੈ ਤੇ ਫਿਰ ਅਸੀਂ ਕੱਪੜਿਆਂ ਦੀ ਤੋਈ ਕਰਾਂਗੇ ਤੇ ਬਾਹਰ ਠੰਡਕ ਹੈਗੀ ਹੈ ਔਰ ਹਸਬੇ ਮਾਮੂਲ ਜੜਾਣਾ ਵੈਦਰ ਜਿਹੜਾ ਵੇ ਹੋਈਏ ਤੇ ਆ ਦੇਖੋ ਬੂਟਿਆਂ ਦੇ ਪੱਤੇ ਸੁੱਕਦੇ ਜਾ ਰਹੇ ਨੇ ਤੇ ਹੁਣ ਜਿਹੜੇ ਨੇ ਬੋਲਡ ਹੋਣਦੇ ਜਾ ਰਹੇ ਨੇ ਸਾਰੇ ਬੂਟੇ ਜਿਹੜੇ ਨੇ ਇਸ ਦਰਖਤ ਜਿਹੜੇ ਨੇ ਗੰਝੇ ਹੋ ਜਾਣੇ ਨੇ ਜ਼ਬਰਦਸਤ ਪੱਤੇ ਝੜ ਜੜ ਕਹਿੰਦੇ ਨੇ ਪੱਤੇ ਝੜਦਾ ਮੌਸਮ ਆ ਗਿਆ ਵੇ ਹੁਣ ਪੱਤੇ ਡਿੱਗਦੇ ਜਾਣੇ ਨੇ ਤੇ ਪੱਤੇ ਝੜ ਸਾਵਣ ਬਸੰਤ ਬਹਾਰ ਇੱਕ ਪਰਸਕੇ ਮੌਸਮ ਚਾਰ ਮੌਸਮ ਚਾਰ ਪੰਜਵਾਂ ਮੌਸਮ ਪਿਆਰ ਦਾ ਇਕrar ka to loh to niklaye gal karde karde bada ve technology da dor hai allah taala koi gal jaldi pahunch gayi hai mai gal karde karde suraj ne ਜਾਤੀ ਮਾਰ ਲਈਏ ਸੂਰਜ ਕਹਿੰਦਾ ਵੀ ਮੈਂ ਆ ਰਿਹਾ ਹਾਂ ਤੁਸੀਂ ਦਵਾਈ ਕੱਢ ਲਵੋ ਕੱਪੜਿਆਂ ਦੀ ਕੋਈ ਐਸਾ ਮਸਲਾ ਨਹੀਂ ਮੈਂ ਅੱਜ ਨਿਕਲਣਾ ਹੀ ਨਿਕਲਣਾ ਵੇ ਤੇ ਥੋੜੀ ਜੀ ਤੋਂਪ ਨੇ ਨਜ਼ਾਰਾ ਕਰਾ ਦਿੱਤਾ ਵੇ ਤੇ ਚਲੋ ਵੀ ਚੰਗਾ ਹੋ ਗਿਆ ਤੇ ਕਿ ਤੋਂਪ ਥੋੜੀ ਜੀ ਪੈ ਗਈ ਏ ਉਹ ਉੱਪਰ ਇੱਕ ਜਹਾਜ਼ ਜਾ ਰਿਹਾ ਵੇ ਪਤਾ ਨਹੀਂ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ ਚਲੋ ਵੀ ਅਸੀਂ ਚੱਲਨੇ ਆਂ ਕਰਮ ਨਜ਼ਾਰਾ ਜਦ ਉਹਦੀ ਤਸਵੀਰ ਦਾ ਪੈਂਦਾ ਏ ਭੁਲੇਖਾ ਮੈਨੂੰ ਸੋਣੀ ਸਸੀ ਹੀਰ ਦਾ ਕਰਮਨ ਨਜ਼ਾਰਾ ਜਦ ਉਹਦੀ ਤਸਵੀਰ ਦਾ ਚਲ ਵੀ ਅੱਜ ਅਸੀਂ ਜ਼ਰਾ ਕੈਸਪਾਸੇ ਆਪਣੀ ਚਾਤੀ ਮਾਰ ਲਈਏ ਬਹੁਤ ਦਿਨ ਹੋ ਗਏ ਮੈਂ ਸਿਰਫ ਨਿਕਲੀ ਨਹੀਂ ਆ ਸਕੂਨ ਹੀ ਸਕੂਨ ਹੁੰਦਾ ਇੱਥੇ ਜਦੋਂ ਵੀ ਨਿਕਲੋ ਦੇਖੋ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੇ ਜੌਬਸ ਕਰਦੇ ਨੇ ਤੇ ਜੌਬਸ ਕਰ ਦੇ ਹਵਾਲੇ ਦੇ ਨਾਲ ਲੋਕ ਆਪਣੇ ਚਲੇ ਜਾਂਦੇ ਨੇ ਜੌਬਸ ਤੇ ਜਿਹੜੇ ਘਰ ਵੀ ਹੁੰਦੇ ਨੇ ਲੋਕ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ ਦੂਸਰਿਆਂ ਵੱਲ ਚਾਤੀਆਂ ਨਹੀਂ ਮਾਰਦੇ ਕਿ ਦੂਸਰਿਆਂ ਵੱਲ ਜਾ ਕੇ ਦੇਖੀਏ ਕਿ ਫਲਾਂਕੀ ਕਰ ਰਿਹਾ ਤੇ ਫਲਾਂਕੀ ਕਰ ਰਿਹਾ ਬਸ ਲੋਕ ਆਪਣੇ ਕੰਮ ਨਾਲ ਕੰਮ ਰੱਖਦੇ ਨੇ ਦੂਰ ਤੱਕ ਤੁਹਾਨੂੰ ਦੇਖੋ ਗਾੜੀਆਂ ਦੀ ਲਾਈਨ ਵੀ ਨਜ਼ਰ ਆਏਗੀ ਤੇ ਇਸ ਸਕਾਰ ਵਿੱਚ ਸਾਹਮਣੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਵੇ ਤੇ ਇੱਥੇ ਜੜਾਵੇ ਐ ਰੱਖਿਆ ਹੋਇਆ ਇਹਨਾਂ ਨੇ ਇੱਕ ਮੰਗਵਾਈ ਦੀ ਏ ਇਹਦੇ ਵਿੱਚ ਸਾਰਾ ਕਿਚੜਾ ਵਗੈਰਾ ਸੁੱਟ ਦਿੰਦੇ ਨੇ ਇੱਕ ਟ੍ਰੋਲੀ ਟਾਈਪ ਚੀਜ਼ ਆਂਦੀ ਏ ਔਰ ਫਿਰ ਉਹ ਚੱਕ ਕੇ ਲੈ ਜਾਂਦੇ ਨੇ ਚਲੋ ਭਾਈ ਇਹ ਤੇ ਸਾਰਾ ਹੋ ਗਿਆ ਅਸੀਂ دیکھتے ਜਾ ਰਹੇ ਹਾਂ ਸਾਹਮਣੇ ਵੀ ਤਰਫ ਵੀ ਚੱਕਰ ਲਾ ਲਈਏ ਹਵਾ ਦਾ ਸ਼ੋਰ ਤੁਹਾਨੂੰ ਸੁਣਾਈ ਦੇ ਰਿਹਾ ਹੋਵੇਗਾ ਬਹੁਤ ਖਾਸੀ ਜ਼ਿਆਦਾ ਮੈਂ ਲਿਖ ਬਹੁਤ ਜ਼ਿਆਦਾ ਨਹੀਂ ਅੱਜ ਹੈਗੀ ਜਵੇ ਲੇਕਿਨ ਅੱਜ ਇਸ ਤਰ੍ਹਾਂ ਨਹੀਂ ਲੱਗ ਰਹੀ ਕਿ ਬਹੁਤ ਜ਼ਿਆਦਾ ਜਿਹੜੀ ਠੰਡਕ ਹੁੰਦੀ ਹੈ ਨਾ ਉਹ ਵਾਲੀ ਠੰਡਕ ਨਹੀਂ ਇੰਨੀ ਤੇ ਹੈਗੀ ਕਿ ਟੋਪੀ ਮੈਂ ਪਾਈ ਹੋਈ ਹੈ ਸ਼ਾਲ ਮੈਂ ਲਈ ਹੋਈ ਹੈ ਪਰ ਇੱਕ ਹਵਾ ਹੁੰਦੀ ਕਿਉਂਕਿ ਸਾਡਾ ਸਾਰਾ ਜਿਹੜਾ ਏਰੀਆ ਐਸਾ ਵੇ ਨਾ ਕਿ ਹਿਲ ਏਰੀਆ ਕਹਿ ਲੋ ਤੇ ਉਹਦੇ ਫਿਰ ਸਾਹਮਣੇ ਤੋਂ ਹਵਾ ਉਹ ਸਾਹਮਣੇ ਉਹ ਸਿੱਧੀ ਹਵਾ ਦੀ ਵਿੱਚ ਕੋਈ ਡੱਕ ਨਹੀਂ ਏ ਓਏ ਹੋਏ ਹੋਏ ਪਰਿੰਦੇ ਦੇਖੋ ਕਿੱਡੇ ਸੋਹਣੇ ਲੱਗਦੇ ਨੇ ਤੇ ਇਸ ਤਰ੍ਹਾਂ ਹਵਾ ਜਿਹੜੀ ਹੁੰਦੀ ਹੈ ਇਹ ਲੋ ਜੀ ਸਾਡੀ ਬਿੰਦ ਜਿਹੜੀ ਹਵਾ ਦੇ ਨਾਲ ਉਲਟੀ ਪਈ ਏ ਇਹਨੂੰ ਅਸੀਂ ਸਿੱਧਾ ਕਰ ਦਿੰਨੇ ਆ ਹਵਾ ਖਾਸੀ ਤੇਜ਼ ਇਸ ਏਰਗੇਸਾ ਲੋ ਬਈ ਇਹ ਦੇਖੋ ਮਸ਼ਰੂਮ ਟਾਈਪ ਕੋ ਚੀਜ਼ ਜਿਹੜੀ ਹੈ ਨਾ ਜ਼ਮੀਨ ਤੋਂ ਖੁਦ ਹੀ ਉੱਗੀ ਹੋਈ ਏ ਕਿੰਨੇ ਸਾਰੇ ਨੇ ਇੱਥੇ ਦੇਖੋ ਡਰ ਵੀ ਲੱਗਦਾ ਪਿਆ ਜੇ ਕੋਈ ਕੀੜਾ ਹੀ ਨਾ ਨਿਕਲ ਆਵੇ ਦੇਖੋ ਚੱਲ ਭਈ ਆ ਜਾ ਤੈਨੂੰ ਤੇ ਅਸੀਂ ਖਿੱਚੀਏ ਵੀਕੈਂਡ ਗ੍ਰੋਸਰੀ ਆ ਗਈ ਵੀ ਹਸਬੇ ਮਾਮੂਲ ਜੜੀਆਂ ਨੇ ਉਹੀ ਚੀਜ਼ਾਂ ਤੇ ਉਹੀ ਜਿਹੜਾ ਨਾ ਹਫਤੇ ਭਰ ਦਾ ਸਮਾਨ ਇਹ ਵਿੱਚ ਕੋਈ ਜ਼ਿਆਦਾ ਚੇਂਜੇਸ ਨਹੀਂ ਹੁੰਦੀ ਦਹੀਂ ਹੁੰਦਾ ਖਰਬੂਜ਼ਾ ਬ੍ਰੈਡ ਅੰਡੇ ਇਹ ਜਿਹੜਾ ਕੀ ਕਹਿੰਦੇ ਕੀਦਾ ਬਨਾਣਾ ਸੇਬ ਪੀਚ ਦੁੱਧ ਇਸ ਦਫਾ ਜੀ ਫਿਸ਼ ਆਈਏ ਇਸ ਦਫਾ ਵੀ ਆਈ ਸੀ ਮੈਂ ਬਣਾਈ ਬੜੀ ਮਜ਼ੇਦ ਹੀ ਬਣੀ ਸੀ ਫਿਰ ਅਸੀਂ ਫਿਸ਼ ਤੇ ਦੋ ਪੈਕੇਟ ਮੰਗਵਾ ਰਹੇ ਸੀ ਕਿ ਚਲੋ ਤਾਂ ਆਏਗੀ ਨਾਲ ਸੌਲਟ ਆਇਆ ਵੀ ਇਹ ਹੀ ਚੀਜ਼ਾਂ ਆਈਆਂ ਨੇ ਬਾਕੀ ਜਿਹੜਾ ਏਸ਼ੀਅਨ ਸਟੋਰ ਤੋਂ ਸਾਡਾ ਸਮਾਨ ਆਂਦਾ ਵੇ ਏਸ਼ੀਅਨ ਸਟੋਰ ਤੋਂ ਤਾਂ ਦੇਸੀ ਗਰੋਸਰੀ ਜਿਹੜੀ ਸਾਡੀ ਹੁੰਦੀ ਹੈ ਕੋਈ ਸਬਜ਼ੀ ਕੋਈ ਹਰੀ ਗਰਮ ਮਿਰਚਾ ਤੇ ਕੋਈ ਪੁਦੀਨਾ ਤੇ ਕੋਈ ਧਨੀਆਂ ਅਦਰਕ ਉਹ ਸਾਡਾ ਦੇਸੀ ਸਟੋਰ ਤੋਂ ਆਂਦਾ ਉਹ ਫਿਰ ਬਾਅਦ ਚਾਏਗਾ ਜਿਹੜਾ ਦੂਸਰ ਸਟੋਰ ਦਾ ਸਮਾਨ ਸੀ ਟੈਸਕੋ ਦਾ ਸਮਾਨ ਇਹ ਹਾਜ਼ਰੇ ਖidmat ਹੈ ਇਹ ਅਸੀਂ ਟੈਸਕੋ ਤੋਂ ਖਰੀਦਨੇ ਆ ਇਸ ਤੋਂ ਇਲਾਵਾ ਫਿਰ ਜਿਹੜਾ ਸਮਾਨ ਆਏਗਾ ਉਹ ਫਿਰ ਤੁਹਾਨੂੰ ਦਿਖਾ ਦਵਾਂਗੀ ਨਾਸ਼ਤਾ ਬਣਾਉਣ ਦੀ ਤਿਆਰੀ ਹੋ ਰਹੀ ਏ ਨਾਲ ਮੈਂ ਚਾਹ ਆਪਣੀ ਬਣਾ ਰਹੀ ਆ ਨਾਲ ਅੱਜ ਧੁੱਪ ਦੀ ਹੈਗੀ ਪੇਸ਼ੰਗੋਈ ਨਾਲ ਅਸੀਂ ਸੋਚਿਆ ਵੀ ਮਸ਼ੀਨ ਚਲਾ ਲਈਏ फटाफट ਕੱਪੜੇ ਧੋਲ ਜਨ ਸਾਡੇ ਤੇ ਅਸੀ ਫਿਰ ਉਹਨੂੰ ਫੋਲ ਦੇਵਾਂਗੇ ਦੇਸੀ ghee ਦੇ ਵਿੱਚ ਉਹਦਾ ਵਿੱਚ ਨਵਾਂ ਡੱਬਾ ਸੀ ਓਪਨ ਕਰਨ ਲੱਗੇ ਆ ਓਪਨਰ ਅਸੀਂ ਕੱਢ ਲਿਆਵੇ ਦੇਸੀ ghee ਉਹਦਾ ਡੱਬਾ ਓਪਨ ਹੋ ਚੁੱਕਿਆ ਜੀ ਸੋਨਾ ਸੋਨਾ ਖੁਸ਼ਬੂਦਾਰ ਜ਼ਾਇਕੇਦਾਰ ਪਿਆਰਾ ਪਿਆਰਾ ਦੇਸੀ ਘੀ ਸਾਡਾ ਖੁੱਲ ਚੁੱਕਿਆ ਵੇ ਵੀ ਦੇਸੀ ਘਿਓ ਘੜ ਵਾਲਿਆਂ ਨੂੰ ਦਾ ਇਹ ਮੰਜ਼ਰ ਬੜਾ ਹੀ ਪਿਆਰਾ ਲੱਗਦਾ ਵੇ ਕਿਉਂਕਿ ਕਿਉਂ ਦੀ ਖੁਸ਼ਬੂ ਜਿਹੜੀ ਹੈ ਨਾ ਬੜੀ ਚੰਗੀ ਲੱਗਦੀ ਹੈ ਬਹਰਾਲ ਅਸੀਂ ਇਹਨੂੰ ਹੁਣ ਬੰਦ ਕਰ ਦਿੰਨੇ ਆ ਫਿਲਹਾਲ ਤੇ ਫਿਰ ਅਸੀਂ ਕੁਝ ਇਹਦੇ ਵਿੱਚ ਬਣਾਣਾ ਵੇ ਨਾਸ਼ਤਾ ਤੇ ਖੈਰ ਬਣਦਾ ਹੀ ਹੈ ਲੇਕਿਨ ਇਸ ਵਾਰ ਮੇਰਾ ਇਰਾਦਾ ਹੈ ਕੋਈ ਪਿੰਨੀਆਂ ਚਿੰਨੀਆਂ ਜਾਂ ਕੋਈ ਚੀਜ਼ ਬਣਾਈਏ ਚਲੋ ਡੱਬਾ ਓਪਨ ਹੋ ਗਿਆ ਨਾ ਤੇ ਅਸੀਂ ਫਿਰ ਉਹਨੂੰ ਆ ਕੇ ਕਹਿੰਦੇ ਨੇ ਕੁਛ ਨਾ ਕੁਛ ਬਣਾ ਮੰਗੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਛੱਡਣਾ ਤੇ ਇਹਨੂੰ ਨਹੀਂ ਇਹ ਟੱਡਾਂ ਵਿੱਚ ਹੀ ਜਾਣਾ ਵੇ ਅਲhamdulillah ਅਲhamdulillah ਕਪੜੇ ਤੁਲੇ ਮੇਰੇ ਤੇ ਨਾਲ ਹੀ ਧੁੱਪ ਨਿਕਲ ਆਈਏ ਤੇ ਬਈ ਹੁਣ ਛੇਤੀ ਛੇਤੀ ਸਾਡੇ ਕਪੜੇ ਸੁੱਕ ਜਾਣੇ ਨੇ ਨਾਲ ਹਵਾ ਵੀ ਚੱਲਦੀ ਏ ਤੇ ਨਾਲ ਸੋਹਣੀ ਨਿਖਰੀ ਧੁੱਪ ਓ ਦੇਖੋ ਸੂਰਜ ਤੇ ਸੂਰਜ ਜਿਹੜਾ ਵਿੱਚ ਆਤੀ ਆ ਪੇ ਮਾਰਦਾ ਹੈ ਬੜਾ ਖੁੱਲ ਕੇ ਨਿਕਲ ਆਇਆ ਵੇ ਤੇ ਅਲhamdulillah ਹੁਣ ਕਪੜੇ ਦੇਖੋ ਸਾਡੇ ਮਿੰਟਾਂ ਚ ਸੁਕਣੇ ਨੇ ਅੱਜ ਮੈਂ ਸਭ ਤੋਂ ਉੱਪਰ ਵਾਲੇ ਕਮਰੇ ਵਿੱਚ ਆ ਗਈ ਹਾਂ ਇੱਕ ਦੋ ਚੀਜ਼ਾਂ ਦੀ ਮੈਂ ਤਲਾਸ਼ ਕਰਨੀ ਸੀ ਉਹਦੇ ਵਾਸਤੇ ਮੈਨੂੰ ਉੱਪਰ ਆਣਾ ਪਿਆ ਜੋ ਸਮਾਨ ਇਕੱਠਾ ਕਰਨੀ ਪਈਆਂ ਨਾ ਹੁਣ ਮੈਂ ਖਮਾਸ਼ ਦਾ ਬਰਥਡੇ ਖਮਾਸ਼ ਚ ਤੋਂ ਆਂਦਾ ਵੇ ਤੇ ਭਾਈ ਇੱਥੇ ਸੌਂਦਾ ਵੇ ਤੇ ਇਹ ਮੇਰਾ YouTube ਸਟੂਡੀਓ ਵੀ ਸਿਪ ਕਿਸ ਜ਼ਮਾਨੇ ਚ ਇੱਥੋਂ ਮੈਂ ਸਟਾਰਟ ਕੀਤਾ ਸੀ ਇੱਥੇ ਮੈਂ ਬੈਠ ਕੇ ਲਾਈਵ ਕਰਨੀ ਹੁੰਦੀ ਸੀ ਇੱਥੇ ਇੱਕ ਕੁਰਸੀ ਇੱਕ ਰੱਖ ਕੇ ਨਾ ਤੇ ਨੂਰ ਫਾਤਿਮਾ ਮੇਰੀ ਰਿਕਾਰਡਿੰਗ ਕਰਦੀ ਹੁੰਦੀ ਸੀ ਤੇ ਮੈਂ ਜਿਹੜਾ ਬੈਠ ਕੇ ਆਪਣਾ ਕਰਨੀ ਸੀ ਉਹ ਤੋਂ ਮੈਨੂੰ ਦੇਖਣਾ ਵੀ ਨਹੀਂ ਆਉਂਦਾ ਸੀ ਕੈਮਰੇ 'ਚ ਗੱਲ ਵੀ ਕਰਨੀ ਨਹੀਂ ਆਉਂਦੀ ਸੀ ਤੇ ਬੜੇ ਬਈ ਲੰਮਾ ਨਾਕ ਦਿਨ تھے ਉਹ ਕਿ ਸਾਨੂੰ ਕੁਝ ਵੀ ਨਹੀਂ ਆਉਂਦਾ ਸੀ ਹਾਲੇ ਵੀ ਕੁਝ ਨਹੀਂ ਆਉਂਦਾ ਕੋਈ ਐਸਾ ਨਹੀਂ ਹੈ ਮੇਰਾ ਅਸਲ ਚ ਨਾ ਇੱਕ ਮਿਲਦਾ ਨਹੀਂ ਪਿਆ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਮੈਂ ਕਿੱਥੇ ਰੱਖ ਕੇ ਭੁੱਲ ਗਈ ਆ ਓ ਹੋ 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 ਲੋਬੀ ਚੁਮਰ ਮਿਲ ਗਿਆ ਜੇ ਇੱਕ ਦੇ ਨਾਲ ਦਾ ਥੱਲੇ ਪਿਆਵੇ ਇਹ ਕਿੱਥੋਂ ਮਿਲ ਗਿਆ ਚਲੋ ਵੀ ਇਹਨੂੰ ਇਹ ਕੱਢੋ ਅਸੀਂ ਨਾਲ ਲੈ ਕੇ ਜਾਣੀਆਂ ਜੀ ਚੀਜ਼ਾਂ ਅੱਛਾ ਹੈ ਕਿ ਮਿਲ ਗਿਆ ਇਹ ਮੇਰਾ ਬਰੋ ਚ ਇਹਦੇ ਵਿੱਚ ਵੀ ਮੇਰਾ ਕੁਝ ਸਮਾਨ ਪਿਆਵੇ ਚਲੋ ਜੀ ਕੱਢਨੇ ਆ ਯੋ ਭਾਈ ਇਹਦੇ ਵਿੱਚ ਵੀ ਕਾਫੀ ਸ਼ੈਅ ਮਾ ਨਿਕਲ ਆਈਆਂ ਨੇ ਮੈਂ ਕਿ ਐਨਰਜੀ ਛੇ ਰੱਖਣੀ ਆ ਨਾ ਭੁੱਲ ਜਾਂਦੀ ਇਹ ਮੇਰਾ ਬੜਾ ਫੇਵਰੇਟ ਹੈ ਇਹ ਮੇਰਾ ਬਰੋਚ ਹੈ ਬਲੇ ਕਿ ਮੇਰਾ ਸਭ ਤੋਂ ਫੇਵਰੇਟ ਜਿਹੜਾ ਨਾ ਮੇਰੇ ਕੋਲ ਦੋ ਤਿੰਨ ਨੇ ਲਿਕੇ ਇਹ ਮੈਨੂੰ ਸਭ ਤੋਂ ਅੱਛਾ ਲੱਗਦਾ ਇਹਦੇ ਕਲਰ ਬੜੇ ਅੱਛੇ ਨੇ ਉਹਦੇ ਚ ਕੁੰਦਨ ਲੱਗੇ ਆ ਨਾ ਕੁੰਦਨ ਬਹੁਤ ਅੱਛਾ ਲੱਗਦਾ ਤੇ ਐ ਕਿ ਇਹ ਬਈ ਆ ਐ ਵੀ ਬਹੁਤ ਸ਼ੀ ਬਹੁਤ ਹੀ ਨਸਹਰੀ ਐ ਬੜਾ ਚੰਗਾ ਮੋਰ ਦੇ ਪਾਸਟ ਸਟਾਈਲ ਦਾ ਬੜਿਆ ਹੋਇਆ ਇਹ ਵੀ ਮੈਂ ਲੈ ਕੇ ਜਾਵਾਂਗੀ ਪਾਕਿਸਤਾਨ ਤੇ ਅਸੀਂ ਪਾਵਾਂਗੇ ਬਈ ਸ਼ੋ ਮਾਰਾਂਗੇ ਚਲੋ ਇਹ ਚੰਗਾ ਹੈ ਇਹ ਚੀਜ਼ਾ ਲੱਭਣ ਮੇਂ ਕੁਝ ਹੋਰ ਆਈ ਸਾ ਲੇਕਿਨ ਉਹ ਮਿਲਦਾ ਨਹੀਂ ਪਿਆ ਮੈਨੂੰ ਬੈਗ ਮੈਂ ਇੱਕ ਮਜ਼ੀਦ ਇੱਥੇ ਰੱਪਿਆ ਸਨ ਬੈਗਾਂ ਦੀ ਲੈਂ ਲੱਗੀ ਸੀ ਹੁਣ ਮੈਂ ਨੀਚੇ ਲੈ ਕੇ ਚਲੀ ਆ ਤੇ ਇਹਨੂੰ ਵੀ ਮੇਥੇ ਰੱਖਣੀ ਆ ਇਹਦੇ ਵਿੱਚ ਫੇ ਸਾਮਾਨ ਅਸੀਂ ਰੱਖਣਾ ਹੈ ਇਹਨੂੰ ਦਰਵਾਜ਼ੇ ਤੇ ਰੱਖਾਂ ਅੱਜ ਉਹ ਸੂਟ ਵੀ ਮਿਲ ਗਿਆ ਜਿਹੜਾ ਮੈਂ ਅੱਜ ਤੱਕ ਪਾਇਆ ਹੀ ਨਹੀਂ ਚੋ ਮੇਰਾ ਘੱਟ 4 ਸਾਲ ਜਾਂ 3 ਸਾਲ ਹੋ ਗਏ ਨੇ ਇਹਨੂੰ ਸਿਲੇ ਹੋਏ ਪਰ ਇਹ ਪਾਇਆ ਹੀ ਨਹੀਂ ਇਹ ਦਰਜੀਦ ਪਾਕਿਸਤਾਨ ਤੋਂ ਸੇਲ ਕੀ ਆਇਆ ਸੀ ਓਏ ਹੋਏ ਇਹ ਜ਼ਾਰਾ ਸ਼ਾਹਜਹਾਂ ਦਾ ਮੈਂ ਬੜੇ ਸ਼ੌਕ ਨਾਲ ਲਿਆ ਸੀ ਕਿਉਂਕਿ ਵਾਈਟ ਕਲਰ ਦਾ ਮੈਨੂੰ ਬੜਾ ਸ਼ੌਕ ਏ ਲੇਕਿਨ ਮੈਂ ਜਦੋਂ ਵੀ ਪਾਣੀ ਆ ਨਾ ਮੈਂ ਦੂਸਰ ਨੂੰ ਦੇਖਣੀ ਆ ਮੈਨੂੰ ਬੜਾ ਚੰਗਾ ਲੱਗਦਾ ਕਿ ਹਏ ਚਿੱਟਾ ਰੰਗ ਪਾਇਆ ਕਿੱਡਾ ਸੋਹਣਾ ਪਰ ਮੈਂ ਆਪਣੇ ਆਪ ਤੇ ਜਿੰਨੀ ਦਫਾ ਵੀ ਪਾਣੀ ਆ ਨਾ ਮੈਨੂੰ ਚੰਗਾ ਨਹੀਂ ਲੱਗਦਾ ਤੇ ਪਰ ਫਿਰ ਮੈਂ ਅੰਦਾਜ਼ਾ دل ਤੇ ਤੁਮਜਬੂਰ ਹੋ ਕੇ ਖਰੀਦ ਲਿਆ ਸੀ ਪਰ ਦਰਜੀ ਨੇ ਇਸ ਕਦਰ ਭਿਆਨਕ ਸੀ ਦਿੱਤਾ ਇੱਥੋਂ ਲੈ ਕੇ ਇੱਥੇ ਤੱਕ ਪਤਾ ਨਹੀਂ ਹਰ ਮੇ ਮੋਟੀ ਜੇ ਘਰ ਹੈਗੀ ਆ ਲੇਕਿਨ ਬਸ ਇਹਨੇ ਤਾਂ ਪਤਾ ਨਹੀਂ ਕੋਈ ਥੈਲਾ ਟਾਈਪ ਚੀਜ਼ ਬਣਾ ਦਿੱਤੀ ਇਹ ਦੇਖੋ ਜੀ ਗਲਾ ਵੀ ਦਾ ਇੰਨਾ ਵੱਡਾ ਡੀਪ ਉਹਨੇ ਕਟ ਕੇ ਇਸ 3000 3500 ਉਹਨੇ ਸਿਲਾਈ ਲਈ ਸੂਟ ਦਾ ਬੇੜਾ ਘਰਕ ਕਰਕੇ ਤੇ ਮੈਨੂੰ ਭੇਜ ਦਿੱਤਾ ਤੇ ਲੋ ਬਈ ਇਹ ਸ਼ਲਵਾਰ ਵੀ ਉਸ ਤਰ੍ਹਾਂ ਹੀ ਪਾਈ ਏ ਇਹਨੂੰ ਹੱਥ ਵੀ ਨਹੀਂ ਲੱਗਿਆ ਇਹਨੂੰ ਅਸੀਂ ਪਾਇਆ ਹੀ ਨਹੀਂ ਇਸ ਵਾਰ ਜੂਏ ਜੋ ਹੈ ਨਾ ਸਾਡੀ ਖਤਮ ਹੋ ਗਈਆਂ ਕਿ ਚਿੱਟਾ ਸੂਟ ਦਾ ਜਿਹੜਾ ਸ਼ੌਕ ਸੀ ਨਾ ਇਹ ਬਸ ਪਤਾ ਨਹੀਂ ਮੈਨੂੰ ਸਫਾਈ ਕਰਦੇ ਮਿਲ ਗਿਆ ਵੇ ਉੱਪਰ ਰੂਮ ਵਿੱਚ ਆਈ ਮੈਂ ਅਜਾ ਆਪਣਾ ਸਮਾਨ ਕੁਝ ਤਲਾਸ਼ ਕਰ ਰਹੀ ਆ ਕਿ ਜਿਹੜਾ ਲੈ ਕੇ ਜਾਣਾ ਜ਼ਰੂਰੀ ਉਹ ਬਾਅਦ ਵਿੱਚ ਫਮੇ ਰੱਖ ਕੇ ਮੈਂ ਭੁੱਲ ਜਾਣੀ ਆ ਤੇ ਫੇ ਮੈਨੂੰ ਮਿਲਦਾ ਹੀ ਨਹੀਂ ਪਿਆ ਇੱਕ ਮੇਰਾ ਸੂਟ ਵੈਨੋ ਗੁੰਮਸ਼ਦਾ ਪੀ येलो ਕਲਰ ਦਾ ਸੂਟ ਸੀ ਮੇਰਾ ਲੀਲੰਦਾ ਔਰ ਉਹ ਸੇ ਗੁੱਲਮੱਟ ਦਾ ਤੇ ਮੈਂ ਪਾਣੀ ਹੋਣੀ ਬੜੇ ਸ਼ੌਕ ਦੇ ਨਾਲ ਲੇਕਿਨ ਉਹ ਹਲੇ ਤੁਲਿਆ ਨਹੀਂ ਦੋ ਤਿੰਨ ਵਾਰ ਮੈਂ ਆਂਟ ਜਾਣ ਜੀ ਪਾਇਆ ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤਾ ਮੈਂ ਉੱਪਰ ਆਈ ਆ ਕਿ ਉਹਨੂੰ ਤਲਾਸ਼ ਕਰਾਂ ਤੇ ਇੱਕ ਮੇਰਾ ਛੋਟਾ ਜਿਹਾ ਇੱਕ ਬਾਕਸੀ ਉਹ ਮੈਂ ਤਲਾਸ਼ ਕਰ ਰਹੀ ਆ ਪਰ ਨਹੀਂ ਪੈ ਮਿਲਦਾ ਤੇ ਜਿਹੜੀਆਂ ਚੀਜ਼ਾਂ ਮੈਂ ਤਲਾਸ਼ ਨਹੀਂ ਕਰ ਰਹੀ ਸੀ ਉਹ ਮਿਲ ਗਈਆਂ ਨੇ ਤੇ ਉਹ ਮੈਂ ਇੱਥੇ ਇੱਕ ਦਿਨ ਬੈਠ ਕੇ ਵੀਡੀਓ ਬਣਾਈ ਸੀ ਐਦੇ ਉਤੇ ਜੋ ਮਰ ਦੇ ਉੱਪਰ ਬਚਪਨ ਚ ਮੈਨ بڑا ਸ਼ੌਕ ਹੁੰਦਾ ਸੀ ਝੂਮਰ ਪਾਣ ਦਾ ਤੇ ਮੈਂ ਝੂਮਰ ਤੇ ਵੀਡੀਓ ਬਣਾਈ ਸੀ ਉਹ ਮੈਂ ਦਰਾਖਸ ਖੋਲਿਆ ਝੂਮਰ ਵੀ ਨਿਕਲ ਆਇਆ ਕਾਂਟੇ ਵੀ ਨਿਕਲ ਆਏ ਤੇ ਐ ਜੜਾ ਅਵੀ ਨਿਕਲਾਈ ਅੰਗੂਠੀ ਤੇ ਐਮਰਾ ਬ੍ਰੈਸਲੇਟ ਤੇ ਮੈਂ ਕਿਹਾ ਚਲੋ ਵੀ ਮੋਜਾਂ ਹੋ ਗਈਆਂ ਮੋਜਾਂ ਦੁਬਈ ਦੀਆਂ ਸਾਰੀਆਂ ਤਾਂ ਮੋਜਾਂ ਦੁਬਈ ਦੀਆਂ ਲੱਗ ਗਈਆਂ ਨੇ ਕਿ ਅਸੀਂ ਸਾਨੂੰ ਗੁੰਮਸ਼ਦਾਂ ਚੀਜ਼ਾਂ ਮਿਲਦੀਆਂ ਜਾ ਰਹੀਆਂ ਨੇ ਅਸੀਂ ਆਪਣੀ ਤਿਆਰੀ ਜਿਹੜੀ ਹੈ ਜਾਰੀ ਰੱਖੇ ਹੋਏ ਆ ਬੈਗ ਵੀ ਮੈਂ ਕੱਢ ਕੇ ਰੱਖ ਲਿਆ ਵ ਇੱਕ بڑا ਵਾਲਾ ਹੋਰ ਕਿ ਨੀਚੇ ਲੈ ਕੇ ਜਾਵਾਂ ਤੇ ਪਸੀਨਾ ਪਸੀਨ ਹੋ ਗਈ ਹਾਲਾਂਕਿ ਠੰਡ ਕਾਫੀ ਪਰ ਇੰਨੀ ਉੱਪਰ ਸੀੜੀ ਹੈ ਚੜ ਕੇ ਆਈ ਹਾਂ ਨਾ ਤੇ ਅ ਗਰਮੀ ਲੱਗ ਗਈ ਹੈ ਤਾਂ ਮੈਂ ਥੋੜੀ देर ਬੈਠ ਗਈ ਹਾਂ ਮੈਂ ਕਿਹਾ ਚੱਲ ਉਹ ਰੈਸਟ ਕਰ ਲਾ ਮੈਨੂੰ ਆਪਣਾ ਯਾਦ ਆ ਗਿਆ ਕਿ YouTube ਦਾ ਜਿੱਥੋਂ ਮੈਂ ਸਟਾਰਟ ਕੀਤਾ ਸੀ ਆਪਣਾ ਚੈਨਲ ਦਾ ਮੈਂ ਜਦੋਂ ਵੀ ਇਸ ਰੂਮ ਚ ਆਨੀ ਆ ਨਾ ਮੈਨੂੰ ਫਿਰ ਬੜਾ ਹੀ ਚੰਗਾ ਲੱਗਦਾ ਵੇ ਮੈਨੂੰ ਸਾਰੀ ਉਹੀ ਚੀਜ਼ਾਂ ਯਾਦ ਆ ਜਾਂਦੀਆਂ ਨੇ ਕਿ ਜਦੋਂ ਮੈਨੂੰ ਯਕੀਨ ਮੰਨੋ ਇਸ ਬੈੱਡ ਤੇ ਬੈਠ ਕੇ ਨਾ ਇੱਥੇ ਤੇ ਮੈਂ ਕੈਮਰਾ ਸਾਹਮਣੇ ਲਾ ਲੈਣੀ ਸੀ ਬਿਲਕੁਲ ਮੂੰਹ ਦੇ ਅੱਗੇ ਰੱਖ ਕੇ ਬਗਿਆੜ ਜਿੱਡਾ ਮੂੰਹ ਹੁੰਦਾ ਸੀ ਮੇਰਾ ਤੇ ਉਹ ਮੈਨੂੰ ਸਵਾਜੀ ਲੱਗਦੀ ਸੀ ਕਿੰਨੇ ਫਾਸਲੇ ਤੇ ਰੱਖਣਾ ਵੇ ਤੇ ਨਾਂ ਮੇਰੇ ਕੋ ਬੋਲਿਆ ਜਾਂਦਾ ਸੀ ਮੈਂ ਕਦੀ ਇਸ ਕੋਨੇ ਵੱਲ ਦੇਖ ਨਹੀਂ ਸਕਦੀ ਮੈਂ ਇਸ ਕੋਨੇ ਵੱਲ ਦੇਖ ਨਹੀਂ ਸਕਦੀ ਤੇ ਸਮਝ ਨਹੀਂ ਆਉਂਦਾ ਸੀ ਕਿ ਬੋਲਾਂ ਕਿਉਂ ਕਿ ਇੱਕ ਕੈਮਰੇ ਦੀ ਬੜਾ ਖੌਫ ਹੁੰਦਾ ਵੇ ਤੇ ਫਿਰ ਆਹستہ ਆਹستہ ਇਹਦੇ ਨਾਲ ਦੋਸਤੀ ਸਾਡੀ ਹੋ ਜਾਂਦੀ ਏ ਤੇ ਉਹ ਜਿਹੜੇ ਬੀਟੀਚ ਪ੍ਰੋਗਰਾਮ ਦੇਖਦੇ ਆ ਇਹ ਕਹਿੰਦੇ ਨੇ ਕਿ YouTube ਤੁਹਾਡੀ ਮਿਹਨਤ ਦੇਖਦਾ ਵੇ ਕਿ ਤੁਸੀਂ ਕਿੰਨੀ ਮਿਹਨਤ ਕਰ ਰਹੇ ਹੋ ਬਾ ਸ਼ੁਰੂ ਇਸ ਤੁਸੀਂ ਕਬਰਾਉ ਨਾ ਕਿਉਂਕਿ ਤੁਹਾਡੇ ਵਿਊਜ਼ ਬੜੇ ਘਟਾਂ ਦੇ ਨੇ ਫੇ ਮਾਇੂਸ ਹੋ ਕੇ ਲੋਕ ਛੱਡ ਜਾਂਦੇ ਨੇ ਮੇਰੇ ਵਰਗੇ ਮੈਂ ਵੀ ਪਿੱਛੇ ਦੇਣਾ ਚਾਹੀਦਾ ਸੀ ਨਾ ਕਿ ਬਾਏ ਬਾਏ YouTube ਕਰ ਦਿੱਤਾ ਸੀ ਤੇ ਨਹੀਂ ਉਹ ਕਹਿੰਦੇ ਨਹੀਂ ਇਸਾ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇੱਕ ਸਮੁੰਦਰ YouTube ਇੱਕ ਸਮੁੰਦਰ ਹੈ ਉਹਦੇ ਵਿੱਚ ਇੰਨੇ ਸਾਰੇ ਲੋਕ ਨੇ ਉਹਦੇ ਵਿੱਚ ਤੁਸੀਂ ਆਪਣੀ ਸ਼ਨਾਖਤ ਕਰਵਾਣੀ ਵਾਕਈ ਤੁਸੀਂ ਮੈਂ ਉਹ ਦੇਖਣੀ ਆ ਇਸ ਦਾ ਸਕਰੋਲ ਕਰਦੇ ਜਾਓ ਚੈਨਲਾਂ ਦੀ ਬਰਮਾਰ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ YouTube ਤੇ ਕਿੰਨੇ ਚੈਨਲ ਨੇ ਮੈਨੂੰ ਨਹੀਂ ਪਤਾ ਕਿ ਕਿੰਨੀ ਉਹਨਾਂ ਦੀ ਤਦਾਦ ਹੈ YouTube ਚੈਨਲਸ ਦੀ ਇੰਨੇ ਜ਼ਿਆਦਾ ਚੈਨਲ ਨੇ ਫਿਰ ਤੁਸੀਂ ਉਹਨਾਂ ਵਿੱਚ ਆਪਣਾ ਇੱਕ ਜਗ੍ਹਾ ਬਣਾਣੀ ਵਾਕਈ ਔਖਾ ਕੰਮ ਹੈ ਸੌਖਾ ਕੰਮ ਨਹੀਂ ਤੇ ਫਿਰ ਉਹ ਉਹ ਜਦੋਂ ਸੁਣਨੀ ਜਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਵੇ ਕਿ ਹਾਂਜੀ ਠੀਕ ਹੈ ਕਹਿੰਦੇ YouTube ਤੁਹਾਡੀ ਮਿਹਨਤ ਦੇਖਦਾ ਵੇ ਤੁਸੀਂ ਮਿਹਨਤ ਕਿੰਨੀ ਕਰ ਰਹੇ ਹੋ ਤੇ ਫਿਰ ਤੁਹਾਨੂੰ ਗਰੋ ਕਰਦਾ ਵੇ ਉਹਦੀ ਉਹਨੂੰ ਕਰਦਾ ਵੇ ਕਿਹ ਬੰਦਾ ਮਿਹਨਤ ਕਰ ਰਿਹਾ ਹੈ ਦਿੱਲੀ ਦੇ ਸਾਰਾ ਵੀਡੀਓ ਪਾ ਰਿਹਾ ਹੈ SNS ਦੀ ਦਿਖਾ ਰਿਹਾ ਹੋਵੇ ਤੇ ਇਹਨੂੰ ਗਰੋ ਕੀਤਾ ਜਾਂਦਾ ਬਹੁਤ ਘੱਟ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੀ ਪਹਿਲੀ ਦੂਸਰੀ ਜਾਂ ਕੁਝ ਵੀਡੀਓਸ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਏ ਔਰ ਬੜੇ ਕੁਝ ਕਿਸਮਤ ਹੁੰਦੇ ਨੇ ਜਾਂ ਫਿਰ ਐਕਟਰਸ ਵਗੈਰਾ ਹੁੰਦੇ ਨੇ ਜਿਹੜੇ ਐਕਟਿੰਗ ਕਰਦੇ ਨੇ ਉਹਨਾਂ ਨੂੰ ਲੋਕ ਪਹਿਲੇ ਹੀ ਜਾਣਦੇ ਹੁੰਦੇ ਨੇ ਉਹ ਆਪਣੇ ਹਿੱਸੇ ਦਾ ਪਿੱਛੋ ਚਾਰੇ ਖੱਪ ਖੁੱਬ ਕੇ ਆਏ ਹੁੰਦੇ ਨੇ ਫਟਾਫਟ ਮਸ਼ਹੂਰ ਹੋ ਜਾਂਦਾ ਸਾਡੇ ਵਰਗਿਆਂ ਨੂੰ ਕੌਣ ਜਾਣਦਾ ਹੋਵੇ ਲੈ ਕੇ ਵੀ ਅਸੀਂ ਕਿਸੇ ਕਿਸੇ ਦੀ ਮੋਲੀ ਆ ਆ ਹੌ ਤਾ ਤਾ ਆਪਣਾ ਫਿਰ ਜਗ੍ਹਾ ਬਣਾਣੀ ਪੈਂਦੀ ਐ ਲੈ ਸਾਨੂੰ ਤੇ ਉਹ ਫਿਰ ਫਿਰ ਸੋਚ ਰਹੀ ਆ ਫਿਰ ਇੱਕ ਨਵੇਂ ਜਜ਼ਬੇ ਕੇ ਸਾਥ ਵਾਕਈ ਯਕੀਨ ਮੰਨੋ ਨਵੇਂ ਜਜ਼ਬੇ ਨਾਲ ਲੱਗ ਪੈਣੀ ਆ ਕਿ ਚਲੋ ਬਈ ਹੁਣ ਤੇ ਥੋੜੀ ਜੀ ਦੂਰ ਰਹਿ ਗਈ ਹਾਥੀ ਨਿਕਲ ਗਿਆ ਪੂਛ ਬਾਕੀ ਏ ਹੁਣ ਇਸ ਪੂਛ ਨੂੰ ਕੱਢਣਾ ਜਿਹੜਾ ਨਾ ਬੜਾ ਮੁਸ਼ਕਲ ਹੋ ਗਿਆ ਮੇਰੇ ਵਾਸਤੇ ਉਹ ਕਹਿੰਦੇ ਨੇ ਬਸ ਹੋ ਗਈ ਆਪਣੀ ਤੇ ਬਸ ਬਸ ਹੋ ਗਈ ਮੈਂ ਜਾ ਬੈ ਜਾ ਹੋ ਗਈ ਤੇ ਮੈਂ ਬੈ ਜਾ ਬੈ ਜਾ ਹੁਣ ਪਾਵੇ ਹੋਵੇ ਪਾਵੇ ਨਾ ਹੋਵੇ YouTube ਨੇ ਤੇ ਕੋਈ ਸਵਾਰਿਸ਼ ਮੰਨਣੀ ਨਹੀਂ ਸਾਡੀ ਆਪਣੀ ਮਿਹਨਤ ਹੈ ਅਗਰ ਅਸੀਂ ਕਰ ਲਵਾਂਗੇ ਤੇ ਚਲੋ ਠੀਕ ਹੈ ਉਹ ਦਸਲਾ ਮਿਲ ਜਾਏਗਾ ਸਾਨੂੰ ਤੇ ਐਸਾ ਕਰਕੇ ਹਾਥਾ ਲਾਣਾ ਕਿ ਮਤਲਬ ਅੰਨਾ ਬਿਕ ਗੱਲ ਕਰਨੀ ਹੈ ਅਸਲ ਮਕਸਦ ਹੈ ਵੀ ਅੰਗੂਠੀ ਵੀ ਦੇਖੋ ਮੇਰੀ ਕਿ ਤੁਸੀਂ ਵੀ ਅੰਗੂਠੀ ਵੀ ਦੇਖੋ ਤੇ ਤੁਸੀਂ ਸਾਰੇ ਤੇ ਚਲੋ ਠੀਕ ਹੈ ਜੀ ਮੈਂ ਜਿਹੜੀ ਚੀਜ਼ ਲੱਭੜ ਆਈ ਸਾ ਸੂਟ ਨਿਕਲ ਗਿਆ ਦਿਲ ਚਾ ਰਿਹਾ ਕਿ ਨਾਲ ਲੈ ਜਾਵਾਂ ਤੇ ਉਸ ਦਰਦੀ ਨੂੰ ਜਾ ਕੇ ਨਾਲ ਰੱਖ ਕੇ ਉਹ ਦੁਕਾਨ ਤੇ ਸੋਟਾ ਕਿ ਲੈ ਫੜ ਇਹ ਤੂੰ ਕੀ ਨਮੂਨਾ ਭੇਜਿਆ ਸੀ ਪਰ ਇਹ ਵੀ ਵਜ਼ਨ ਚੁੱਕ ਕੇ ਲੈ ਕੇ ਜਾਣਾ ਕੀ ਫਾਇਦਾ ਉਹ ਇੱਕ ਵਾਰੀ ਕਪੜੇ ਦੀ ਕਟਿੰਗ ਹੋ ਜਾਵੇ ਕਪੜਾ ਖਰਾਬ ਹੋ ਜਾਵੇ ਪਰ ਜੋ ਮਰਜ਼ੀ ਕਰ ਲੋ ਫਿਰ ਉਹ ਠੀਕ ਨਹੀਂ ਹੁੰਦਾ ਉਹ ਇਹ ਡੱਬ ਵੱਡਾ ਉਹਨੇ ਤਾਂ ਗਲਾ ਵੱਡ ਕੇ ਰੱਖ ਦਿੱਤਾ ਵੇ ਤੇ ਉਹ ਤੇ ਬਿਲਕੁਲ ਹੀ ਠੀਕ ਨਹੀਂ ਹੋਣਾ ਤੇ ਬਸ ਇਸ ਤਰ੍ਹਾਂ ਪਿਆ ਰਹੇਗਾ ਇੱਕ ਯਾਦਾਂ ਜਿਵੇਂ ਯਾਦਾਂ ਸਾਡੇ ਪਈਆਂ ਰਹਿੰਦੀਆਂ ਨੇ ਕਿਸੇ ਪੁਰਾਣੀ ਪੇਟੀ ਵਿੱਚ ਪਿਆ ਰਹੇਗਾ ਅੱਜ ਪੁਰਾਣੀ ਪੇਟੀ ਚ ਤੇਰੀਆਂ ਯਾਦਾਂ ਕੱਢ ਕੇ ਧੁੱਪੇ ਪਾਈਆਂ ਨੇ ਅੱਖਾਂ ਪਰਾਈਆਂ ਨੇ ਤੇ ਉਹ ਸਾਡੀਆਂ ਵੀ ਅੱਖਾਂ ਪਰਾਈਆਂ ਨੇ ਬਈਆ ਇਹ ਦੇਖਦੇ ਆਂ ਪੁਰਾਣੀਆਂ ਚੀਜ਼ਾਂ ਤੇ ਤੇ ਹੁਣ ਮੈਂ ਯਕੀਨ ਮਨੋ ਜਿਹੜੀ ਚੀਜ਼ ਦੀ ਤਲਾਸ਼ ਵਿੱਚ ਉੱਪਰ ਆਈ ਸਰਸਵਾਏ ਬੈਗ ਦੇ ਉਹ ਮੈਨੂੰ ਪਤਾ ਸੀ ਮੈਂ ਲੈ ਕੇ ਆਣਾ ਉਹ ਚੀਜ਼ਾਂ ਮੈਨੂੰ ਮਿਲੀਆਂ ਨਹੀਂ ਨੇ ਤੇ ਹੋਰ ਹੋਰ ਚੀਜ਼ਾਂ ਮੈਨੂੰ ਮਿਲ ਗਈਆਂ ਨੇ ਤੇ ਚਲੋ ਵੀ ਕੋਈ ਗੱਲ ਨਹੀਂ ਠੀਕ ਹੈ ਅਸੀਂ ਆਪਣਾ ਚੁੰਮਰ ਵੀ ਰੱਖਨੇ ਆ ਤੁਸੀਂ ਮੈਨੂੰ ਦੱਸੋ ਕਿ ਅਸੀਂ ਸ਼ਾਦੀ ਤੇ ਚੁੰਮਰ ਲਾਈ ਕਿ ਨਹੀਂ ਮੈਨੂੰ ਬੜਾ ਸ਼ੌਕ ਹੈ ਮੈਂ ਸੋਚਿਆ ਸੀ ਸ਼ਾਦੀ ਤੇ ਮੈਂ ਜ਼ਰੂਰ ਚੁੰਮਰ ਲਾਣਾ ਟਿੱਕਾ ਵੀ ਆਪਣਾ ਲੈ ਕੇ ਜਾਣਾ ਚੁੰਮਰ ਵੀ ਲਾਣਾ ਚੁੰਮਰ ਵੇ ਸੈਂਟਰ ਚ ਲਾ ਲਿਆ ਦੇਖੋ ਜਰਾ ਮੈਂ ਕਹਾਂ ਚਲੋ ਫਿਰ ਵੀਡੀਓ ਬਣਾ ਰਹੀ ਆ ਤੇ ਥੋੜੀ ਜਿਹੀ ਘੜੀ ਸ਼ੋਸ਼ਾ ਬਣਾ ਲਵਾਂ ਤੁਹਾਡੇ ਨਾਲ ਗੱਲ ਕਰ ਲਵਾਂ ਕਿਉਂਕਿ ਫਿਰ ਮੈਂ ਹੇਠਾਂ ਜਾ ਕੇ ਐਸਾ ਕਮਚ ਲਗਣਾ ਵੇ ਕਪੜੇ ਮੈਂ ਬਾਹਰ ਫੋਲ ਕੇ ਆਈਆਂ ਆਪਣੇ ਤੇ ਅੱਲਾਹ ਕਰੇ ਸੁੱਕ ਜਾਣਗੇ ਤੇ ਬਸ ਹੁਣ ਜਾ ਕੇ ਮਸ਼ੀਨ ਚਲਾਣੀ ਹੈ ਸਫਾਈ ਕਰਨੀ ਹੈ ਤੇ ਅੱਜ ਅਸੀਂ ਰਾਫੇ ਹ우스 ਜਾਣਾ ਹੈ ਅੱਜ ਰਾਫੇ ਦੇ ਨਾਲ ਖਾਣਾ ਖਾਣਾ ਵੇ ਤੇ ਉਧਰ ਅਸੀਂ ਇਨਵਾਈਟਡ ਆ ਤੇ ਇਸ ਤੋਂ ਖਾਣੇ ਦਾ ਕੰਮ ਤੇ ਮੇਰਾ ਨਹੀਂ ਅੱਜ ਪਰ ਇਹ ਵੀ ਕਿ ਫਿਰ ਬਾਕੀ ਸਫਾਈ ਵਗੈਰਾ ਕਰਨੀ ਹੈ ਬਿਸਤਰ ਠੀਕ ਕਰਨੇ ਨੇ ਤੇ ਘਰ ਦੇ ਬਾਕੀ ਦੇ ਰੁਟੀਨ ਦੇ ਕੰਮ ਤੇ ਸਾਡੇ ਹੈਗੇ ਹੀ ਹੈਗੇ ਨੇ ਤੇ ਫਿਰ ਇਨਸ਼ਾਅੱਲਾ ਫਿਰ ਮਿਲਨੀ ਹੈ ਤੁਹਾਡੇ ਨਾਲ ਪਤਾ ਚੱਲ ਰਿਹਾ ਕਿੰਨਾ ਟਾਈਮ ਹੋ ਗਿਆ ਜ਼ਿਆਦਾ ਟਾਈਮ ਨਾ ਹੋ ਜਾਏ ਕਿਉਂਕਿ ਮੈਂ ਵੀਡੀਓ ਜੋੜਨੀ ਹੈ ਅਪਲੋਡ ਕਰਨੀ ਹੈ ਸਾਰਾ ਕੁਝ ਕਰਕੇ ਫੇਰ ਮਾ ਜਾਣ ਆਵੇਂ ਤੇ ਪਤਾ ਚੱਲੇ ਇੱਥੇ ਹੀ ਨਹੀਂ ਦੇਰ ਹੋ ਜਾਵੇ ਕਿ ਅਸੀਂ ਉੱਥੋਂ ਲੇਟ ਹੋ ਜਾਈਏ ਤੇ ਫੇਰ ਤੁਹਾਡਾ ਮਿਲ ਲਿਆ ਪੱਖੇ ਤਿੰਨ ਲੈਂਡ ਦੇ ਨਾਲ ਪਏ ਨੇ ਤੇ ਮੈਨੂੰ ਯਾਦ ਆ ਗਿਆ ਜਦੋਂ ਸਾਡੇ ਘਰ ਇੱਕ ਪੱਖਾ ਹੁੰਦਾ ਸੀ ਤੇ ਲੜਾਈ ਹੁੰਦੀ ਸੀ ਦੋ ਪੱਖੇ نیچے ਪਏਦੇ ਤੇ ਤਿੰਨ ਪੱਖੇ ਉੱਪਰ ਲਾਈਨ ਦੇ ਨਾਲ ਲੱਗੇ ਰਹੇ ਸਾਹਮਣੇ ਮੈਂ ਤੁਹਾਨੂੰ ਕੈਮਰਾ ਉਸਰਫ ਕਰਕੇ ਦਿਖਾ ਵੀ ਦਿੰਨੀ ਆ ਤੇ ਹੁਣ ਮੈਂ ਚਲਨੀ ਆ ਇਨਸ਼ਾਅੱਲਾ ਫੇਰ ਅਸੀਂ ਇੱਕ ਨਵੀਂ ਗੱਲ ਦੇ ਨਾਲ ਮਿਲਾਂਗੇ ਨਵੀਂ ਯਾਦ ਦੇ ਨਾਲ ਤੇ ਇਸ ਕਮਰੇ ਦੇ ਨਾਲ YouTube ਦਾ ਸਟਾਰਟ ਹੈ ਮੇਰਾ ਬੜੀ ਯਾਦਾ ਵਬਸਤਾਨੇ ਮੇਰੀਆ ਤੇ ਕਦੀ ਇਨਸ਼ਾ ਅੱਲਾ ਇਨਸ਼ਾ ਅੱਲਾ ਜੇ ਕਦੀ ਕੋਈ ਅਸੀਂ ਕਾਮਯਾਬੀ ਹਾਸਲ ਕਰ ਲਈ ਇਹ ਕਮਰਾ ਜੜਾਵੇ ਬੜਾ ਜੜਾ ਮਮਤਾਜ਼ ਮਕਾਮ ਹਾਸਲ ਹੋਏਗਾ ਇਸ ਕਮਰੇ ਨੂੰ ਕਿਉਂਕਿ ਇੱਥੇ ਮੈਂ ਸ਼ੁਰੂ ਕੀਤਾ ਸੀ ਔਰ ਇੱਥੇ ਲਾਈਵ ਬੋਥ ਕੀਤਾ ਇੱਥੇ ਬੈਠ ਕੇ ਬਹੁਤ ਅੱਛਾ ਲੱਗਦਾ ਸੀ ਮੈਨੂੰ ਲਾਈਵ ਕਰਨਾ ਤੇ ਹੁਣ ਮੈਂ ਕਈ ਦਫਾ ਸੋਚਿਆ ਵੇ ਪਰ ਐਵੇਂ ਕਿ ਉਹ ਉਸ ਤਰ੍ਹਾਂ ਤਾਂ ਬਾਣੀ ਨਹੀਂ ਪਾ ਰਿਹਾ ਕਿ ਮੈਂ ਲਾਈਵ ਆਵਾਂ ਲੇਕਿਨ ਸ਼ਾਇਦ ਚਲੋ ਕਦੀ ਆ ਹੀ ਜਾਵਾਂਗੇ ਤੇ ਹੋ ਜਾਏਗਾ ਤਾਂ ਬਾਕੀ ਸਾਡਾ ਕਰਦਾ ਇਸ਼ਾ ਨੇ ਬੜੀਆਂ ਤਰੀਫਾਂ ਕੀਤੀਆਂ ਨੇ ਇਸ਼ਾ ਨੇ ਤੇ ਭਾਈ ਤਰੀਫਾਂ ਕਰ ਕਰਕੇ ਮੇਰਾ ਇਸ਼ਾ ਖੁਦਾ ਦਾ ਵਾਸਤਾ ਇਨੀਆਂ ਤਰੀਫਾਂ ਨਾ ਕਰਾਂ ਉਹ ਪਤਾ ਚੱਲੇਗਾ ਪਾਕਿਸਤਾਨ ਆਨ ਤੋਂ ਪਹਿਲੇ ਹੀ ਵਜ਼ਨ ਇਨਾ ਵੱਧ ਜਾਵੇ ਉੱਥੇ ਤੇ ਆ ਕੇ ਵਧਣਾ ਹੀ ਵਧਣਾ ਹੋਵੇ ਕਿ ਅਸੀਂ ਖਾਰੀਆਂ ਨੇ ਚੀਜ਼ਾਂ ਇਥੋਂ ਹੀ ਵਜ਼ਨ ਇਨਾ ਵੱਧ ਜਾਵੇ ਕਿ ਉਹ ਅਸੀਂ ਫਿਰ ਕੇ ਕਹਿੰਦੇ ਨੇ ਬਹੁਤ ਜ਼ਿਆਦਾ weight ਹੋ ਜਾਵੇ weight ਤੇ ਖਰਾ ਹੈਗਾ ਹੀ ਇਹ ਜ਼ਿਆਦਾ ਕੋਈ ਸ਼ੱਕ ਨਹੀਂ ਹੈ ਭਾਈ ਕਿ ਕੋਈ ਸ਼ੱਕ ਹੋਵੇ ਦੀ ਗੁੰਜਾਇਸ਼ ਹੀ ਨਹੀਂ ਹੈ ਡਾਕਟਰ ਕਹਿੰਦਾ ਵਾਕ ਕਰੋ ਵੱਕ ਕਰੋ ਅੱਲਾ ਦਾ ਵਾਸਤਾ ਵਜ਼ਨ ਘਟਾਓ ਤੇ ਅਸੀਂ ਕਿ ਮੈਂ ਦਿਲ ਚ ਕਹਿੰਦੀ ਤੈਨੂੰ ਕੀ ਪਤਾ ਵਜ਼ਨ ਵਧਾਣ ਚੱਲੇ ਆ ਉਹ ਮਰ ਇੱਥੇ ਹੀ ਪੈ ਕਹਿਣਾ ਹੋਵੇ ਕਿ ਵਜ਼ਨ ਘਟਾਓ ਤੇ ਅਸੀਂ ਚੱਲੇ ਆ ਵਜ਼ਨ ਵਧਾਣ ਦੇ ਮਿਸ਼ਨ ਤੇ ਚਲੋ ਠੀਕ ਹੈ ਕੋਈ ਗੱਲ ਨਹੀਂ ਆ ਕੇ ਅੰਦਾ ਨਿਬੜ ਲਾਂਗੇ ਇੱਕ ਅੰਗੂਠੀ ਐ ਨੀਲੀ ਇੱਕ ਅੰਗੂਠੀ ਹਰੀ ਇੱਕ ਅੰਗੂਠੀ ਐ ਲਾਲ ਲਓ ਬਈ ਤੇ ਤਿੰਨ ਅੰਗੂਠੀਆਂ ਪਾ ਕੇ ਅਸੀਂ ਬੈਠੇ ਆ ਤੇ ਫਿਰ ਅਸੀਂ ਤੁਹਾਡਾ ਮਿਲਦੇ ਆ ਇਨਸ਼ਾਅੱਲਾ ਹਾਏ ਮੇਰੀ ਅੰਗੂਠੀਆਂ ਹਾਏ ਮੇਰੀ ਅੰਗੂਠੀਆਂ ਤੇ ਚਲੋ ਵੀ ਹਾਈ ਮੇਰੀ ਅੰਗੂਠੀਆਂ ਤੇ ਟਾਟਾ ਕਰਦੇ ਆ ਤੇ ਫਿਰ ਤੁਹਾਡਾ ਇਨਸ਼ਾਅੱਲਾ ਮਿਲਦੇ ਆ ਮੈਂ ਤੁਹਾਨੂੰ ਬਸ ਪਿੱਛੇ ਕਰਕੇ ਪੱਖੇ ਦਿਖਾਨੀ ਆ ਪੱਖੇ ਤਿੰਨ ਲੈਣ ਨੇ ਮੈਨੂੰ ਐਸਾ ਲੱਗਦਾ ਪਿਆ ਮੈਨੂੰ ਹੀ ਦੇਖਦੇ ਪਏ ਨੇ ਐ ਦੇ ਲੋ ਬਿਲਕੁਲ ਐਸਾ ਲੱਗ ਰਿਹਾ ਮੈਨੂੰ ਕਿ ਜਿਵੇਂ ਬੜੇ ਕਿਤਾਰ ਦੇ ਨਾਲ ਖੜੇ ਹੋ ਕੇ ਨਾ ਕੋਈ ਜਿਹੜਾ ਕੋਈ ਦੇਖ ਰਿਹਾ ਆਂਦਾ ਐ ਐਸਾ ਲੱਗਦਾ ਕਿ ਤਿੰਨ ਭਾਈ ਖੜੇ ਨੇ ਮੇਰੇ ਵੱਲ ਪਰ ਦੇਖਦੇ ਨੇ ਬਾਦਵਾ ਬੜਾ ਫਨੀ ਸੀ ਰੋ ਜਾਂਦਾ ਵੇ ਤੁਹਾਡੇ ਨਾਲ ਮੈਨੂੰ ਤਾਂ ਹਸਾ ਲੱਗ ਬਈ ਇਹ ਮੇਰੇ ਕੋਈ ਤਿੰਨ ਫੈਨ ਹੈ ਵੀ ਫੈਨ ਨੇ ਔਰ ਲੱਗੇ ਐਸਾ ਰਿਹਾ ਮੇਰੇ ਕੋਈ ਫੈਨ ਖੜੇ ਨੇ